ਤਾਂ ਮਿੱਤਰੋ ਸਭ ਤੋਂ ਵੱਧ ਮਿਹਨਤੀ, ਸਭ ਤੋਂ ਵੱਧ ਕੰਮ ਕਰਨ ਵਾਲੀ ਕੌਮ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲੇ ਨੰਬਰ 'ਤੇ ਆਉਂਦੀ ਆ ਬੋਰੀਆ ਸਿੱਖ ਲੇਵਰ। ਮਿੱਤਰੋ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਪਤੰਦਰ, ਪਤਾ ਨਹੀਂ ਕੀ ਖਾਂਦੇ ਆ ਯਾਰ, ਮਿਹਨਤ ਕੰਮ ਨੂੰ ਤਾਂ ਪਤੰਦਰ ਅੱਗੇ ਲਾਈ ਰੱਖਦੇ ਆ, ਜਮਾਂ ਪਰਵਾਹ ਨਹੀਂ ਕਰਦੇ ਨਾ ਗਰਮੀ ਦੀ ਨਾ ਧੁੱਪ ਦੀ, ਘੱਟੋ ਘੱਟ ਵੀ ਘੰਟਾ ਘੰਟਾ ਡੇਢ ਡੇਢ ਘੰਟਾ ਪਾਣੀ ਦੇ ਨੇੜੇ ਨਹੀਂ ਜਾਂਦੇ। ਇਹ ਮੈਂ ਗੱਲਾਂ ਆਪ ਅਬਜ਼ਰਵ ਕੀਤੀਆਂ ਨੇ। ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਬੋਰੀਆ ਸਿੱਖ ਲੇਬਰ ਬਾਰੇ, ਦੂਜਾ ਆਪਣੇ ਝੋਨੇ ਦੀ ਲਵਾਈ ਕੀ ਆ, ਬਾਸਮਤੀ ਦੀ ਲਵਾਈ ਕੀ ਆ, ਅਤੇ ਜਿਹੜੀਆਂ ਤਿੰਨ ਲੇਬਰਾਂ ਨੇ ਬੋਰੀਆ ਸਿੱਖ ਲੇਬਰ, ਆਮ ਲੇਬਰ ਅਤੇ ਭਈਆ ਲੇਬਰ, ਇਹਨਾਂ ਵਿੱਚੋਂ ਸਭ ਤੋਂ ਮਹਿੰਗੀ ਕਿਹੜੀ ਆ, ਸਭ ਤੋਂ ਸਸਤੀ ਕਿਹੜੀ ਆ, ਸਭ ਤੋਂ ਚੰਗੀ ਕਿਹੜੀ ਆ, ਅਤੇ ਬਾਸਮਤੀ ਆਪਾਂ ਕਿਸ ਲੇਬਰ 'ਤੇ ਲਵਾਈਏ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ। ਅਤੇ ਦੋਸਤੋ ਸਭ ਤੋਂ ਸਸਤੀ ਲੇਬਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਸਸਤੀ ਲੇਬਰ ਆ ਭਈਆ। ਜਿਹੜੇ ਭਈਏ ਆ ਉਹ ਦੋਵਾਂ ਲੇਬਰਾਂ ਨਾਲੋਂ ਬਹੁਤ ਘੱਟ ਪੈਸੇ ਲੈਂਦੇ ਆ। ਉਸ ਤੋਂ ਸਸਤੀ ਲੇਬਰ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਸਸਤੀ ਲੇਬਰ ਆ ਬੋਰੀਆ ਸਿੱਖ। ਜਿਹੜੀ ਆਪਣੀ ਆਮ ਲੇਬਰ ਆ ਇਹਨਾਂ ਦਾ ਰੇਟ ਬੋਰੀਆ ਸਿੱਖ ਅਤੇ ਭਈਆਂ ਨਾਲੋਂ ਵੀ 200-300 ਰੁਪਇਆ ਜ਼ਿਆਦਾ, ਜੋ ਕਿ ਸਾਡੇ ਪਿੰਡ ਨਿਕਲਿਆ ਮੁਕਤਸਰ ਸਾਹਿਬ ਲਵਾਣਿਆਂ ਵਾਲੀ ਲਾਲੋ। ਤਾਂ ਦੋਸਤ ਭਈਆਂ ਦਾ ਝੋਨਾ ਠੀਕ ਹੁੰਦਾ, ਬੁੱਚੜ ਮਾਰਦਾ, ਆਪਾਂ ਇਹ ਨਹੀਂ ਕਹਿੰਦੇ, ਪਰ ਉਸ ਦੇ ਕਿਤੇ ਨਾ ਕਿਤੇ ਡੱਕੇ ਸੜਦੇ ਆ। ਜਿਹੜੀ ਬੋਰੀਆ ਸਿੱਖ ਲੇਬਰ ਆ ਨਾ ਬਾਈ ਜੀ, ਮੈਂ ਸੰਧੂਆਂ ਦਾ ਝੋਨਾ ਲੱਗਿਆ ਵੇਖਿਆ, ਇੱਕ ਵੀ ਡੱਕਾ ਨਹੀਂ ਮੱਚਿਆ, ਇੱਕ ਵੀ ਡੱਕਾ। ਅਤੇ ਰਹੀ ਗੱਲ ਦੋਸਤੋ ਬਾਸਮਤੀ ਝੋਨਾ ਲਵਾਉਣ ਦੀ, ਤਾਂ ਦੋਸਤੋ ਝੋਨਾ ਤਾਂ ਤੁਸੀਂ ਜਿਹੜੀ ਮਰਜ਼ੀ ਲੇਬਰ ਤੋਂ ਲਵਾ ਲਓ, ਪਰ ਦੋਸਤੋ ਜੇਕਰ ਤੁਸੀਂ ਬਾਸਮਤੀ ਲਵਾਉਣ ਜਾ ਰਹੇ ਹੋ, ਖਾਸ ਕਰਕੇ ਮੁੱਛਲ ਜਾਂ 17-18, ਤਾਂ ਮੈਂ ਤੁਹਾਨੂੰ ਰੈਕਮੈਂਡ ਕਰੂੰਗਾ ਤੁਸੀਂ ਇੱਕ ਵਾਰ ਬੋਰੀਆ ਸਿੱਖ ਲੇਬਰ ਤੋਂ ਲਵਾ ਕੇ ਵੇਖੋ ਦੋਸਤੋ। ਪਰ ਆਪਾਂ ਤਜਰਬਾ ਕੀਤਾ ਸੀ ਤਿੰਨ ਲੇਬਰਾਂ ਤੋਂ, ਭਈਆਂ ਤੋਂ ਵੀ ਲਵਾਈ ਸੀ, ਆਮ ਪੰਜਾਬੀਆਂ ਤੋਂ ਵੀ ਲਵਾਈ ਸੀ, ਬੋਰੀਆਂ ਸਿੱਖਾਂ ਤੋਂ ਵੀ ਲਵਾਈ ਸੀ। ਤਾਂ ਦੋਸਤੋ ਕਿਤੇ ਨਾ ਕਿਤੇ ਮੇਰਾ ਮੰਨਣਾ ਇਹ ਆ ਵੀ ਜਿਹੜੀ ਬੋਰੀਆ ਸਿੱਖ ਲੇਬਰ ਦਾ ਲੱਗਿਆ ਝੋਨਾ, ਖਲੋਰਦਾ ਵੀ ਛੇਤੀ ਆ, ਡੱਕਾ ਵੀ ਨਹੀਂ ਮਰਦਾ, ਅਤੇ ਉਸ ਨੂੰ ਕਿਤੇ ਨਾ ਕਿਤੇ ਬਿਮਾਰੀ ਵੀ ਘੱਟ ਪੈਂਦੀ ਹੈ। ਅਤੇ ਦੋਸਤੋ ਰੇਟ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਕਿ ਭਈਆ ਲੇਬਰ ਆ, ਭਈਆ ਆਮ 3600-3700 ਚੱਲੀ ਜਾਂਦਾ ਜੀ ਸਾਡੇ ਪਿੰਡ, ਅਤੇ ਜਿਹੜੇ ਬੋਰੀਆ ਸਿੱਖ ਆ ਉਹ ਲੈ ਰਹੇ ਆ ਜੀ 3800 ਤੋਂ ਲੈ ਕੇ 4000, ਪਰ ਜਿਹੜੀ ਆਮ ਲੇਬਰ ਆ ਪੰਜਾਬੀਆਂ ਦੀ ਦੋਸਤੋ ਉਹ ਲੈ ਰਹੇ ਆ 4100 ਤੋਂ ਲੈ ਕੇ 4200 ਰੁਪਏ ਤੱਕ। ਤਾਂ ਇਹ ਸਾਡੇ ਦੋਸਤੋ ਰੇਟ ਚੱਲਦਾ। ਅਤੇ ਗੱਲ ਕਰੀਏ ਜੀ ਬੋਰੀਆ ਸਿੱਖ ਕੌਮ ਦੀ, ਤਾਂ ਦੋਸਤੋ ਪਤਾ ਨਹੀਂ ਕਿਹੜੀ ਮਿੱਟੀ ਦੇ ਬਣਿਆ ਪਤੰਦਰ 4 ਵਜੇ ਆਣ ਕੇ ਦੋਸਤੋ ਲੱਗ ਗਏ ਆ। ਇਹਨਾਂ ਦੀ ਇੱਕ ਸਿਫਤ ਆ, 4 ਵਜੇ ਆਣ ਕੇ ਲੱਗ ਕੇ 4 ਵਜੇ ਜਦੋਂ ਲੱਗ ਗਏ ਤਾਂ 2 ਘੰਟਿਆਂ ਦੇ ਵਿੱਚ ਇਹਨਾਂ 9 ਜਣਿਆਂ ਨੇ 8 ਕਨਾਲਾ ਥਾਂ ਦੋਸਤੋ ਲਾਤਾ ਕਿੱਲੇ ਦੇ ਲਗਭਗ, ਅਤੇ ਆਹ ਕੱਲ੍ਹ ਉਹਨਾਂ ਨੇ 1.5 ਕਿੱਲੇ ਦੇ ਤਕਰੀਬਨ ਲਾਤਾ ਸੀ, ਅਤੇ ਆਹ ਉਹਨਾਂ ਨੇ ਸੁਬਹਾ 10 ਵਜੇ ਤੱਕ ਆਹ ਜਿਹੜੀ 2.25 ਕਿੱਲਿਆਂ ਦੀ ਪੱਖੀ ਆ ਨਾ ਜੀ ਲਾ ਤੀ। ਹੁਣ ਪਨੀਰੀ ਪੱਟਣ ਗਏ ਚਲੇ ਆ, ਮੇਰੇ ਹੈ ਨਹੀਂ ਪਾਣੀ, ਕਿਸੇ ਹੋਰ ਦੇ ਲਾਉਣਾ ਸੀ, ਮੈਂ ਕਿਹਾ ਤੁਸੀਂ ਉਹਨਾਂ ਦੇ ਪਨੀਰੀ ਪੱਟ ਆਓ ਅਤੇ ਮੈਂ ਤੁਹਾਡੇ ਆਉਂਦਿਆਂ ਨੂੰ ਪਾਣੀ ਭਰ ਦੇਣਾ ਅਤੇ ਕੱਦੂ ਕਰਾ ਦੇਣਾ, ਅਤੇ 1 ਵਜੇ ਇਹਦੇ 'ਚ ਲੱਗ ਜਾਣਗੇ। ਕਹਿੰਦੇ ਬਾਈ ਜੀ 2.5 ਤੋਂ 3 ਘੰਟਿਆਂ ਦਾ ਖੇਡ ਆ ਸਾਡੀ ਆ 2.25 ਕਿੱਲੇ। ਤਾਂ ਦੋਸਤੋ ਹੈਰਾਨ ਕਰਨ ਵਾਲੀ ਗੱਲ ਵੀ 9 ਬੰਦੇ ਨੇ ਕਹਿੰਦੇ ਅਸੀਂ ਬਾਈ ਜੀ 3 ਤੋਂ ਲੈ ਕੇ 4 ਕਿੱਲੇ ਲਾ ਦਿੰਦੇ ਹਾਂ, ਜੇਕਰ ਅਸੀਂ ਪਨੀਰੀ ਪੱਟ ਲਈ ਆ ਤਾਂ ਫਿਰ ਅਸੀਂ 4-4.25 ਕਿੱਲੇ ਲਾ ਦਿੰਦੇ ਹਾਂ, ਜੇਕਰ ਅਸੀਂ ਪਨੀਰੀ ਪੱਟ ਕੇ ਲਾਉਣੀ ਆ ਤਾਂ 3-3.25 ਕਿੱਲੇ ਅਸੀਂ ਡੇਲੀ ਲਾ ਦਿੰਦੇ ਹਾਂ। ਤਾਂ ਦੋਸਤੋ ਸਿਰਫ 2 ਟਾਈਮ 'ਚ ਆ, ਕੋਈ ਐਵੇਂ ਨਹੀਂ ਵੀ ਸਾਡੇ ਵਾਸਤੇ ਚੌਲ ਬਣਾ ਲਿਓ, ਸਾਡੇ ਵਾਸਤੇ ਦਲੀਆ ਬਣਾ ਲਿਓ, ਸਾਨੂੰ ਠੰਡਾ ਪਿਆ ਦਿਉ, ਸਾਨੂੰ ਮਿੱਠਾ ਪਾਣੀ ਪਿਆ ਦਿਉ, ਸਾਨੂੰ ਪਾਣੀ ਲਿਆ ਦਿਉ। ਆਮ ਲੇਬਰ ਹੁਣ ਬਈਏ ਤਾਂ ਚਲੋ ਲੈ ਹੀ ਆਉਂਦੇ, ਆਮ ਲੇਬਰ ਕਹਿ ਦਿੰਦੇ ਭਾਈ ਸਾਡਾ ਪਹਿਲਾਂ ਭਲਚ ਗਿਆ ਡਰੰਮ ਪਾਣੀ ਦਾ ਲੈ ਗਿਆ, ਇੱਕ ਵਾਰ ਮੈਂ ਲਾਈ ਸੀ ਉਹਨਾਂ ਦਾ ਤਾਂ ਮੈਂ ਡਰੰਮ ਪਾਣੀ ਦਾ ਢੋਡੋ ਮਰ ਗਿਆ, ਕਿਉਂਕਿ ਮੈਨੂੰ ਪਾਣੀ ਵੀ ਲਿਆ ਕੇ ਦੇਣਾ ਪੈਂਦਾ ਸੀ। ਪਰ ਇਹਨਾਂ ਨੇ ਕੀ ਕਰਨਾ, ਸਭ ਤੋਂ ਪਹਿਲਾਂ ਸੁਬਹਾ ਪਾਣੀ ਲੈ ਕੇ ਆਉਣਾ ਡਰੰਮ ਭਰ ਕੇ, ਉਹਦੇ 'ਚ 2-4 ਡੌਂਗੇ ਮਾਰਨੇ ਰੱਖ ਲੈਣਾ,
ਠੀਕ ਹੈ ਕਿ ਨਹੀਂ? ਤਾਂ ਦੋਸਤੋ ਮੈਂ ਕਹਿੰਦਾ ਵੀ ਪਾਣੀ ਵੀ ਇਹ ਘੱਟ ਤੋਂ ਘੱਟ ਹੀ ਪੀਂਦੇ ਆ, ਜਦੋਂ ਜਾ ਕੇ ਇੱਕ ਵਾਰ ਬਹਿ ਕੇ ਉਹਨਾਂ ਨੇ ਰੱਜ ਕੇ ਪਾਣੀ ਪੀ ਲੈਣਾ, ਉਸ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਕਰਨੀ ਵੀ ਪਾਤ ਲਾ ਕੇ ਖੱਤਾਂ ਨਿਬੇੜ ਕੇ ਉਸ ਤੋਂ ਬਾਅਦ ਬਾਹਰ ਨਿਕਲਦੇ ਆ। ਪਰ ਗੱਲ ਕਰੀਏ ਦੋਸਤੋ, 9 ਬੰਦਿਆਂ 'ਚ ਬੁੜੀਆਂ ਵੀ ਨੇ, ਪਰ ਹੈਰਾਨੀ ਵਾਲੀ ਗੱਲ ਆ ਵੀ ਬੁੜੀਆਂ ਵੀ 4 ਵਜੇ ਨਾਲ ਹੀ ਆ ਜਾਂਦੀਆਂ। ਅਤੇ ਯਾਰ ਝੋਨਾ ਕੋਈ ਲਾਉਂਦੇ ਆ ਬਾਈ ਜੀ, ਮੈਂ ਮਸ਼ੀਨਾਂ ਸਮਝੋ ਤੁਸੀਂ, ਮਸ਼ੀਨਾਂ ਮੈਂ ਖੁਦ ਹੈਰਾਨ ਹਾਂ, ਇੰਨਾ ਤੇਜ਼ ਝੋਨਾ ਲੱਗਦਾ ਯਾਰ, ਕਮਾਲ ਹੀ ਆ। ਬਾਕੀ ਦੋਸਤੋ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡੇ ਏਰੀਏ 'ਚ ਰੇਟ ਕੀ ਆ ਝੋਨੇ ਦੀ ਲਵਾਈ ਦਾ, ਅਤੇ ਤੁਸੀਂ ਤੁਹਾਡੇ ਵਾਸਤੇ ਸਭ ਤੋਂ ਬੈਸਟ ਲੇਬਰ ਕਿਹੜੀ ਹੈ? ਮੇਰੇ ਵਾਸਤੇ ਤਾਂ ਹੈਗੀ ਆ ਬੌਰੀਆ ਸਿੱਖ ਲੇਬਰ, ਸਭ ਤੋਂ ਬੈਸਟ। ਕਿਉਂਕਿ ਕਰੜੀ ਕੌਮ ਆ ਅਤੇ ਬਹਾਦਰ ਕੌਮ ਆ ਕੰਮ ਦੇ ਵਿੱਚ, ਅਤੇ ਪਤਾ ਨਹੀਂ ਕਲੰਦਰ ਕੀ ਖਾਂਦੇ ਆ, ਨੇਰੀਆਂ ਲਿਆ ਦਿੰਦੇ, ਕੰਮ ਧੋਣੀ ਜੀ ਚਰਾਉਂਦੇ ਗੇ। ਬਾਕੀ ਦੋਸਤੋ ਤੁਸੀਂ ਦੱਸੋ ਕਮੈਂਟ ਆ ਤੁਹਾਡਾ।